ਅੱਜ ਮੈਂ ਫਿਰ ਜਗਰਾਵਾਂ ਦੇ ਵਿੱਚ ਖੜਾ। ਪਿੱਛੇ ਤੁਸੀਂ ਦੇਖ ਸਕਦੇ ਹੋ ਉਹ SSP ਦਫ਼ਤਰ ਆ, ਤੇ ਅੱਜ SSP ਦਫ਼ਤਰ ਦੇ ਸਾਹਮਣੇ ਆ, ਤੂੰ ਦਿਖਾ ਦੇ ਇੱਧਰ, ਹੁਣ ਆ ਬਲਦ ਖੜੇ ਆ, ਗਾਵਾਂ ਖੜੀਆਂ ਨੇ ਸਾਰੇ ਰੋਡ ਦੇ ਉੱਪਰ, ਆ ਤੁਸੀਂ ਦੇਖ ਲਓ। ਮੈਨੂੰ ਲੱਗਦਾ ਅੱਜ ਇਹ ਗਾਵਾਂ ਆ ਸਾਰੇ ਬਲਦ ਤਾਂ ਮੈਨੂੰ ਲੱਗਦਾ SSP ਦਫ਼ਤਰ ਦੇ ਬਾਹਰ ਬੈਠੇ ਆ ਵੀ ਭਾਈ ਸਾਡਾ ਰਹਿਣ ਦਾ ਤੁਸੀਂ ਬੰਦੋਬਸਤ ਕਰੋ, ਕਿਉਂਕਿ ਮੈਨੂੰ ਲੱਗਦਾ ਨਾ ਤਾਂ ਇਹਨਾਂ ਨੂੰ ਗਊਸ਼ਾਲਾ ਵਾਲੇ ਰੱਖਦੇ ਆ। ਦੇਖ ਲਓ ਤੁਸੀਂ ਆ, ਗਿਣਤੀ ਕਰ ਲਓ ਭਾਈ ਜੇ ਮੈਂ ਝੂਠ ਬੋਲਦਾ। ਉੱਧਰ SSP ਦਫ਼ਤਰ ਦਿਖਾ ਦੇ, ਅਤੇ ਉੱਧਰੋਂ ਬਲਦ ਅਤੇ ਗਾਵਾਂ ਹੋਰ ਆ ਰਹੀਆਂ ਨੇ, ਅਤੇ ਇੱਧਰ ਆ ਜਿੰਨੀਆਂ ਬੈਠੀਆਂ ਦਿਖਾ ਦੇ, ਆਹ ਦਿਖਾ ਦੇ ਇੱਥੇ, ਆਹ ਦੇਖੋ ਤੁਸੀਂ, ਆਹ ਬੱਚੇ ਦੇਖ ਲਓ, ਗਾਵਾਂ ਦੇਖ ਲਓ, ਬਲਦ ਦੇਖ ਲਓ, ਆਹ ਬੈਠੇ ਆ ਰੋਡ ਦੇ ਉੱਪਰ ਭਾਈ, ਅਤੇ ਕੋਈ ਧਿਆਨ ਨਹੀਂ ਦੇ ਰਿਹਾ। ਮੈਂ ਕੱਲ੍ਹ ਵੀ ਵੀਡੀਓ ਪਾਈ ਸੀ ਵੀ ਭਾਈ ਜਗਰਾਵਾਂ ਦੇ ਵਿੱਚ 600-700 ਗਾਵਾਂ ਫਿਰਦੀਆਂ ਨੇ ਰੋਡਾਂ ਦੇ ਉੱਪਰ। ਆਹ ਹੁਣ ਮੋਟਰਸਾਈਕਲ ਵਾਲਾ ਆ ਰਿਹਾ ਬੰਦਾ ਸਾਹਮਣੇ, ਆਹ ਦੇਖੋ ਆਹ ਐਕਟਿਵ ਵਾਲਾ ਜਾ ਰਿਹਾ। ਹੁਣ ਜੇ ਮਾੜਾ ਮੋਟਾ ਵਿੱਚ ਵੱਜਿਆ ਫਿਰ ਬਈ ਕੌਣ ਜ਼ਿੰਮੇਵਾਰ ਆ, ਮੈਨੂੰ ਦੱਸੋ। ਇੱਥੇ ਇੰਨੇ ਐਕਸੀਡੈਂਟ ਹੁੰਦੇ ਆ, ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅੱਜ ਮੈਂ ਲੱਗਦਾ ਇਹ ਗਾਵਾਂ ਇਹ ਬਲਦ ਸਾਰੇ SSP ਦਫ਼ਤਰ ਦੇ ਸਾਹਮਣੇ ਤਾਂ ਹੀ ਆਏ ਆ, ਇਹਨਾਂ ਨੂੰ ਕਹਿਣ ਆਏ ਹੋਣਗੇ ਵੀ ਭਾਈ ਸਾਡਾ ਵੀ ਕੁਛ ਕਰੋ, ਗਊਸ਼ਾਲਾ ਵਾਲਿਆਂ ਨੂੰ ਕਹੋ ਕੁਛ, ਇੱਥੋਂ ਦੀ MLA ਨੂੰ ਵੀ ਜਗਾਓ। ਮੈਂ ਲੱਗਦਾ ਇਹੀ ਗੱਲ ਕਹਿਣ ਆਏ ਹੋਣਗੇ ਇਹ ਸਾਰੇ ਇਕੱਠੇ ਹੋ ਗਏ, ਕਿਸੇ ਦੇ ਧਿਆਨ 'ਚ ਕੁਛ ਹੈ ਹੀ ਨਹੀਂ, ਆਮ ਲੋਕਾਂ ਬਾਰੇ ਕੋਈ ਕੁਛ ਸੋਚਦਾ ਹੀ ਨਹੀਂ। ਅਤੇ ਸਾਡੇ ਲੋਕਾਂ ਦੇ ਅੱਗੇ ਵੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਕੇ ਤੁਸੀਂ ਉੱਚ ਅਧਿਕਾਰੀਆਂ ਦੇ ਤੱਕ ਜ਼ਰੂਰ ਪਹੁੰਚਦੀ ਕਰਿਓ। SSP ਦਫ਼ਤਰ ਦੇ ਸਾਹਮਣੇ ਆ, ਤੂੰ ਦਿਖਾ ਦੇ ਇੱਧਰ, ਹੁਣ ਆ ਬਲਦ ਖੜੇ ਆ, ਗਾਵਾਂ ਖੜੀਆਂ ਨੇ ਸਾਰੇ ਰੋਡ ਦੇ ਉੱਪਰ, ਆਹ ਤੁਸੀਂ ਦੇਖ ਲਓ। ਮੈਨੂੰ ਲੱਗਦਾ ਅੱਜ ਇਹ ਗਾਵਾਂ ਆ ਸਾਰੇ ਬਲਦ ਤਾਂ ਮੈਨੂੰ ਲੱਗਦਾ SSP ਦਫ਼ਤਰ ਦੇ ਬਾਹਰ ਬੈਠੇ ਆ ਵੀ ਭਾਈ ਸਾਡਾ ਰਹਿਣ ਦਾ ਤੁਸੀਂ ਬੰਦੋਬਸਤ ਕਰੋ, ਕਿਉਂਕਿ ਮੈਨੂੰ ਲੱਗਦਾ ਨਾ ਤਾਂ ਇਹਨਾਂ ਨੂੰ ਗਊਸ਼ਾਲਾ ਵਾਲੇ ਰੱਖਦੇ ਆ। ਦੇਖ ਲਓ ਤੁਸੀਂ ਆ, ਗਿਣਤੀ ਕਰ ਲਓ ਭਾਈ ਜੇ ਮੈਂ ਝੂਠ ਬੋਲਦਾ। ਉੱਧਰ SSP ਦਫ਼ਤਰ ਦਿਖਾ ਦੇ, ਅਤੇ ਉੱਧਰੋਂ ਬਲਦ ਅਤੇ ਗਾਵਾਂ ਹੋਰ ਆ ਰਹੀਆਂ ਨੇ, ਅਤੇ ਇੱਧਰ ਆ ਜਿੰਨੀਆਂ ਬੈਠੀਆਂ ਦਿਖਾ ਦੇ, ਆਹ ਦਿਖਾ ਦੇ ਇੱਥੇ, ਆਹ ਦੇਖੋ ਤੁਸੀਂ, ਆਹ ਬੱਚੇ ਦੇਖ ਲਓ, ਗਾਵਾਂ ਦੇਖ ਲਓ, ਬਲਦ ਦੇਖ ਲਓ, ਆਹ ਬੈਠੇ ਆ ਰੋਡ ਦੇ ਉੱਪਰ ਭਾਈ, ਅਤੇ ਕੋਈ ਧਿਆਨ ਨਹੀਂ ਦੇ ਰਿਹਾ। ਮੈਂ ਕੱਲ੍ਹ ਵੀ ਵੀਡੀਓ ਪਾਈ ਸੀ ਵੀ ਭਾਈ ਜਗਰਾਵਾਂ ਦੇ ਵਿੱਚ 600-700 ਗਾਵਾਂ ਫਿਰਦੀਆਂ ਨੇ ਰੋਡਾਂ ਦੇ ਉੱਪਰ, ਆਹ ਹੁਣ ਮੋਟਰਸਾਈਕਲ ਵਾਲਾ ਆ ਰਿਹਾ ਬੰਦਾ ਸਾਹਮਣੇ, ਆਹ ਦੇਖੋ ਆਹ ਐਕਟਿਵ ਵਾਲਾ ਜਾ ਰਿਹਾ। ਹੁਣ ਜੇ ਮਾੜਾ ਮੋਟਾ ਵਿੱਚ ਵੱਜਿਆ ਫਿਰ ਬਈ ਕੌਣ ਜ਼ਿੰਮੇਵਾਰ ਆ, ਮੈਨੂੰ ਦੱਸੋ। ਇੱਥੇ ਇੰਨੇ ਐਕਸੀਡੈਂਟ ਹੁੰਦੇ ਆ, ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅੱਜ ਮੈਂ ਲੱਗਦਾ ਇਹ ਗਾਵਾਂ ਇਹ ਬਲਦ ਸਾਰੇ SSP ਦਫ਼ਤਰ ਦੇ ਸਾਹਮਣੇ ਤਾਂ ਹੀ ਆਏ ਆ, ਇਹਨਾਂ ਨੂੰ ਕਹਿਣ ਆਏ ਹੋਣਗੇ ਵੀ ਭਾਈ ਸਾਡਾ ਵੀ ਕੁਛ ਕਰੋ, ਗਊਸ਼ਾਲਾ ਵਾਲਿਆਂ ਨੂੰ ਕਹੋ ਕੁਛ, ਇੱਥੋਂ ਦੀ MLA ਨੂੰ ਵੀ ਜਗਾਓ। ਮੈਂ ਲੱਗਦਾ ਇਹੀ ਗੱਲ ਕਹਿਣ ਆਏ ਹੋਣਗੇ ਇਹ ਸਾਰੇ ਇਕੱਠੇ ਹੋ ਗਏ, ਕਿਸੇ ਦੇ ਧਿਆਨ 'ਚ ਕੁਛ ਹੈ ਹੀ ਨਹੀਂ, ਆਮ ਲੋਕਾਂ ਬਾਰੇ ਕੋਈ ਕੁਛ ਸੋਚਦਾ ਹੀ ਨਹੀਂ। ਅਤੇ ਸਾਡੇ ਲੋਕਾਂ ਦੇ ਅੱਗੇ ਵੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਕੇ ਤੁਸੀਂ ਉੱਚ ਅਧਿਕਾਰੀਆਂ ਦੇ ਤੱਕ ਜ਼ਰੂਰ ਪਹੁੰਚਦੀ ਕਰਿਓ। Subscribe to One India channel and never miss an update.